ਹਾਂਜੀ, ਕਿੱਦਾਂ ਸਾਰੇ? ਤੇ ਅੱਜ ਮੈਂ ਫੈਕਟ ਲੈ ਕੇ ਆਇਆ ਫੀਮੇਲਸ ਦੇ, ਕੁਝ ਫੈਕਟ ਲੈ ਕੇ ਆਇਆ ਫੀਮੇਲਸ ਦੇ ਕੋਸਮੈਟਿਕਸ ਪ੍ਰੋਡਕਟਸ ਦੇ ਤੇ ਮੇਕਅਪ ਬਾਰੇ। ਤੇ ਪਲੀਜ਼ ਸ਼ੇਅਰ ਕਰ ਦਿਓ ਮੇਰੀ ਵੀਡੀਓ। ਤੇ ਸਟਾਰਟਿੰਗ ਕਰਦੇ ਹਾਂ। ਸਭ ਤੋਂ ਪਹਿਲਾਂ ਕੋਸਮੈਟਿਕ, ਕੋਸਮੈਟਿਕ ਦਾ ਅਰਥ ਕੀ ਆ? ਕੋਸਮੈਟਿਕ ਜਿਹੜਾ ਵਰਡ ਆ ਉਹ ਗ੍ਰੀਕ ਵਰਡ ਕੋਸਮੋਸ ਤੋਂ ਲਿਆ ਗਿਆ। ਕੋਸਮੋਸ ਮਤਲਬ ਚੀਜ਼ਾਂ ਅਰੇਂਜ ਕਰਨੀਆਂ, ਆਰਡਰ 'ਚ ਚੀਜ਼ਾਂ ਅਰੇਂਜ ਕਰਨੀਆਂ ਹਿਸਾਬ ਕਿਤਾਬ ਦੇ ਅਨੁਸਾਰ। ਅਤੇ ਉੱਤੋਂ ਇਸ ਵਰਡ ਲਿਆ ਗਿਆ ਕੋਸਮੈਟਿਕ, ਬਾਅਦ 'ਚ ਬਣਿਆ। ਅਤੇ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਦੇ ਹਾਂ ਹਾਈ ਹੀਲਸ ਤੋਂ ਸ਼ੁਰੂ ਕਰਦੇ ਹਾਂ। ਹਾਈ ਹੀਲਸ ਕਿੱਦਾਂ ਹੋਈਆਂ, ਹਾਈ ਹੀਲਸ ਦੀ ਇਨਵੈਂਸ਼ਨ ਕਿੱਦਾਂ ਹੋਈ, ਕਿੱਦਾਂ ਹੋਈਆਂ? ਹਾਈ ਹੀਲਸ ਇਨਵੈਂਟ ਕੀਤੀਆਂ ਸੀ ਪਰਸ਼ੀਅਨ ਲੋਕਾਂ ਨੇ। ਹਾਈ ਹੀਲਸ ਪਹਿਲਾਂ ਮੇਲ ਪਾਉਂਦੇ ਹੁੰਦੇ ਸੀ, ਫੀਮੇਲ ਨਹੀਂ ਸੀ ਪਾਉਂਦੀਆਂ ਹੁੰਦੀਆਂ ਹਾਈ ਹੀਲਸ। ਤੇ ਪਰਸ਼ੀਅਨ ਲੋਕਾਂ ਤੋਂ ਬਾਅਦ ਮਸ਼ਹੂਰ ਕੀਤੀਆਂ ਕਿੰਗ ਲੂਈਸ ਹੋਇਆ ਫਰਾਂਸ ਦਾ ਇੱਕ, ਤੇ ਉਹਨੇ ਮਸ਼ਹੂਰ ਕੀਤੀਆਂ ਹਾਈ ਹੀਲਸ। ਉਹ ਬਹੁਤ ਸ਼ੌਕੀਨ ਹੁੰਦਾ ਸੀ ਹਾਈ ਹੀਲਸ ਦਾ। ਤੇ ਫਿਰ ਹਾਈ ਹੀਲਸ ਹੌਲੀ 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 ਬੰਦੇ ਪਾਉਂਦੇ ਛੱਡਦੇ ਗਏ, ਤੇ ਫੀਮੇਲਸ ਨੇ ਅਡੋਪਟ ਕੀਤੀਆਂ, ਤੇ ਫੀਮੇਲਸ 'ਚ ਮਸ਼ਹੂਰ ਆ ਹਾਈ ਹੀਲਸ। ਤੇ ਹਾਈ ਹੀਲਸ ਦੀ ਗੱਲ ਸ਼ੁਰੂ ਕੀਤੀ ਤੇ ਜਿੰਮੀ ਚੂ ਦਾ ਜ਼ਿਕਰ ਨਾ ਹੋਵੇ ਗੱਲ ਜੀ ਨਹੀਂ ਬਣਦੀ। ਜਿੰਮੀ ਚੂ ਐਕਚੁਅਲੀ ਇੱਕ ਬੰਦੇ ਦਾ ਨਾਂ ਆ, ਮਲੇਸ਼ੀਅਨ ਬੰਦਾ ਆ, ਤੇ ਉਹਦੀ ਕੰਪਨੀ ਆ ਜਿੰਮੀ ਚੂ। ਤੇ ਉਹਦਾ ਵੀ ਪਤੰਦਰ ਦਾ ਨਾਂ ਸਰਟੀਫਿਕੇਟ 'ਚ ਸਕੂਲ 'ਚ ਗਲਤ ਲਿਖਿਆ ਗਿਆ, ਚੂ ਲਿਖਿਆ ਗਿਆ, ਐਕਚੁਅਲੀ ਨਾਂ ਉਹਦਾ ਸੀ ਜਿੰਮੀ ਚਾਓ। ਤੇ ਬਾਅਦ 'ਚ ਜਿੰਮੀ ਚੂ ਹੌਲੀ ਹੌਲੀ ਬਣ ਗਿਆ, ਤੇ ਉਹਨੇ ਜਿੰਮੀ ਚੂ ਦੇ ਨਾਂ ਦੀ ਕੰਪਨੀ ਖੋਲ੍ਹੀ ਤੇ ਫੇਮਸ ਹੋ ਗਿਆ। ਤੇ ਜਿੰਮੀ ਚੂ ਵੀ ਮਾਈਕਲ ਕੋਰਸ ਵਾਲਿਆਂ ਨੇ ਖਰੀਦ ਲਈ ਆ। ਮਾਈਕਲ ਕੋਰਸ ਦੇ ਨਾਂ ਦਾ ਵੀ ਹੁਣ ਦੇਖੋ, ਮਾਈਕਲ ਕੋਰਸ ਦੀ ਮੋਮ ਦਾ ਸੈਂਗਡ ਮੈਰਿਜ ਹੋਈ ਸੀ, ਤੇ ਉਦੋਂ 5 ਸਾਲ ਦਾ ਸੀ ਮਾਈਕਲ ਕੋਰਸ। ਤੇ ਮਾਈਕਲ ਕੋਰਸ ਦਾ ਪਹਿਲਾ ਨਾਂ ਕਾਰਲ ਐਂਡਰਸਨ ਸੀਗਾ, ਤੇ 5 ਸਾਲ ਦੀ ਏਜ 'ਚ ਉਹਨੇ ਆਪਣੀ ਮੋਮ ਦੀ ਡਰੈਸ ਕੀਤੀ ਸੀ ਡਿਜ਼ਾਇਨ। ਤੇ ਜਦੋਂ ਦੂਜਾ ਵਿਆਹ ਹੋਇਆ ਉਹਦੀ ਮੋਮ ਦਾ, ਤੇ ਉਹਦੇ ਹਸਬੈਂਡ ਦਾ ਨਾਂ ਬਿਲ ਕੋਰਸ ਸੀ, ਤੇ ਮਾਈਕਲ ਕੋਰਸ ਨੇ ਵੀ ਨਾਂ ਆਪਣਾ ਚੇਂਜ ਕਰਕੇ ਕਾਰਲ ਐਂਡਰਸਨ ਤੋਂ ਮਾਈਕਲ ਕੋਰਸ ਕਰ ਲਿਆ। ਤੇ ਮਾਈਕਲ ਕੋਰਸ ਵੀ ਕਿੰਨਾ ਮਸ਼ਹੂਰ ਆ। ਤੇ ਹੁਣ ਗੱਲ ਕਰਦੇ ਹਾਂ ਜੀ ਨੇਲ ਪੋਲਿਸ਼ ਤੇ ਲਿਪਸਟਿਕ ਦੀ, ਇਹਨਾਂ ਦੀ ਯੂਜ਼ ਕੀ ਹੁੰਦਾ ਆ? ਐਕਚੁਅਲੀ ਨੇਲ ਪੋਲਿਸ਼ ਤੇ ਲਿਪਸਟਿਕ 'ਚ ਯੂਜ਼ ਹੁੰਦੀ ਹੈ ਲੀਡ, ਇੱਕ ਲੀਡ ਧਾਤੂ ਦਾ ਨਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ। ਤੇ ਫਿਸ਼ ਸਕੇਲ ਯੂਜ਼ ਹੁੰਦੀ ਹੈ ਲਿਪਸਟਿਕ 'ਚ। ਤੇ ਇੱਕ ਹੁੰਦਾ ਸੀ ਕੋਚੇ ਨੇਲ ਬੱਗ, ਕੋਚੇ ਨੇਲ ਬੱਗ ਮਤਲਬ ਪਿੰਡਾਂ 'ਚ ਹੁੰਦਾ ਨਹੀਂ ਸੀ ਅਸੀਂ, ਪ੍ਰਸੀਨ ਖੇਤਾਂ 'ਚ ਉੱਡਦਾ ਹੁੰਦਾ ਇੱਕ ਭੱਬੂ ਜਿਹਾ, ਕਹਿੰਦੇ ਹੁੰਦੇ ਸੀ ਪਾਸਕ ਫੇਲ। ਉਹ ਹੁਣ ਜਿੱਦਾਂ ਕੁੜੀਆਂ ਜਿਹੜੀਆਂ ਨੇਲ ਪੋਲਿਸ਼ ਲਾਉਂਦੀਆਂ, ਉਦੋਂ ਉਹਨਾਂ ਦੇ ਬਚਪਨ 'ਚ ਉਹ ਬਹਿੰਦਾ ਹੁੰਦਾ ਸੀ ਹੱਥਾਂ 'ਤੇ। ਤੇ ਦੇਖ ਲਓ ਕੁਦਰਤ ਦਾ ਨਿਯਮ, ਦੇਖ ਲਓ ਹੁਣ ਵੀ ਉਹਨਾਂ ਦੇ ਹੱਥਾਂ 'ਤੇ ਹੀ ਆ, ਬਟ ਹੁਣ ਕ੍ਰੱਸ਼ ਹੋ ਕੇ ਨੇਲ ਪੋਲਿਸ਼ ਦੇ ਰੂਪ 'ਚ ਉਹਨਾਂ ਦੇ ਹੱਥਾਂ 'ਤੇ ਲੱਗਾ ਆ ਉਹ ਵਾਲਾ ਕੋਚੇ ਨੇਲ ਬੱਗ, ਉਹ ਭੱਬੂ ਜਿਹਾ ਜਿਹੜਾ। ਤੇ ਜਿੰਨੀਆਂ ਵੀ ਕੰਪਨੀਆਂ, ਫੇਮਸ ਕੰਪਨੀਆਂ, ਸਭ ਕੰਪਨੀਆਂ ਮਤਲਬ ਜਾਨਵਰਾਂ ਤੇ ਅਤਿਆਚਾਰ ਕਰਦੀਆਂ। ਮੈਂ ਨਹੀਂ ਕਹਿੰਦਾ ਤੁਸੀਂ ਨਾ ਇਹ ਪ੍ਰੋਡਕਟ ਯੂਜ਼ ਕਰੋ ਕਿਉਂਕਿ ਜਾਨਵਰਾਂ ਤੇ ਅਤਿਆਚਾਰ ਹੋਇਆ, ਮੈਂ ਤਾਂ ਆਪ ਮੁਰਗੀਆਂ ਦੀ ਘੁੱਗੀ ਘੈਂ ਕਰਦਾ ਆ, ਮੈਂ ਆਪ ਨੌਨ ਵੈਜ ਜਾਂ ਸੁਮੈ ਕਿਸੇ ਨੂੰ ਕਹਿ ਨਹੀਂ ਸਕਦਾ, ਬਟ ਮੇਰਾ ਮਕਸਦ ਹੈ ਫੈਕਟ ਸ਼ੇਅਰ ਕਰਨਾ, ਬਟ ਇਹਨਾਂ ਪ੍ਰੋਡਕਟਾਂ 'ਚ ਯੂਜ਼ ਕੀ ਹੁੰਦਾ ਆ? ਹੁਣ ਦੁਨੀਆ ਦਾ ਸਭ ਤੋਂ ਮਸ਼ਹੂਰ ਬੈਗ ਆ ਐਰਮਿਸ, ਐਰਮਿਸ ਬਿਰਕਨ ਬੈਗ, ਸਭ ਤੋਂ ਮਹਿੰਗੇ ਲਾਈਕ ਲੱਖਾਂ ਡਾਲਰਾਂ 'ਚ ਮਿਲਦੇ ਆ। ਉਹ ਮਗਰਮੱਛਾਂ ਦੀ ਖੱਲ ਤੋਂ ਬਣਦੇ ਆ, ਉਹ ਨੋਰਮਲ ਬੈਗ ਨਹੀਂ ਗੇ। ਤੇ ਹੁਣ ਗੱਲ ਕਰਦੇ ਹਾਂ ਜੌਨਸਨ ਐਂਡ ਜੌਨਸਨ ਦੇ ਪ੍ਰੋਡਕਟਸ। ਜੌਨਸਨ ਐਂਡ ਜੌਨਸਨ ਬੇਬੀ ਆਇਲ, ਬੇਬੀ ਪਾਊਡਰ, ਟੈਲਕਮ ਪਾਊਡਰ ਸਭ ਯੂਜ਼ ਕਰਦੇ ਆ ਸਭ। ਆਪਾਂ, ਮੈਨੂੰ ਪੰਜਾਬੀ ਸੁਣਨ ਦੇ, ਸਭ ਨੇ ਯੂਜ਼ ਕੀਤਾ ਹੋਣਾ ਜਾਂ ਦੇਖਿਆ ਹੋਣਾ। ਮੈਂ ਬਸ ਇਹੀ ਕਹਿਣਾ ਚਾਹੁੰਦਾ ਉਹਨਾਂ ਨੂੰ ਯੂਜ਼ ਕਰਨ ਤੋਂ ਪਹਿਲਾਂ ਇੱਕ ਵਾਰ ਉਹਨਾਂ ਬਾਰੇ ਪੜ੍ਹ ਲਓ ਵੀ ਉਹਨਾਂ ਯੂਜ਼ ਕੀ ਹੁੰਦਾ ਆ, ਨਾ ਉਹਨਾਂ 'ਚ ਵੀ ਪਾਇਆ ਕੀ ਆ। ਕੰਪਨੀ ਨੇ ਆਪ ਮੰਨਿਆ ਵੀ ਖਤਰਨਾਕ ਪਦਾਰਥ ਪਾਏ ਅਸੀਂ ਜੌਨਸਨ ਵਾਲਿਆਂ ਨੇ ਵਿੱਚ। ਤੇ ਜੌਨਸਨ ਵਾਲਿਆਂ ਦਾ ਤੁਸੀਂ ਜੌਨਸਨ ਐਂਡ ਜੌਨਸਨ ਕਲੇਮ ਸਰਚ ਕਰੋ ਗੂਗਲ ਤੇ, ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਨੇ ਉਹਨਾਂ ਤੇ ਕੇਸ ਕੀਤੇ ਹੋਆ। ਤੇ ਆ ਬਹੁਤ ਮਸ਼ਹੂਰ ਖਬਰ ਹੋਈ ਸੀ, ਇੱਕ ਲੇਡੀ ਨੂੰ ਅਮਰੀਕਾ ਦੀ 70 ਮਿਲੀਅਨ ਡਾਲਰ ਦਿੱਤੇ ਸੀ ਜੌਨਸਨ ਐਂਡ ਜੌਨਸਨ ਵਾਲਿਆਂ ਨੇ, ਉਹਨੂੰ ਕੈਂਸਰ ਹੋ ਗਿਆ ਸੀਗਾ, ਉਹ ਯੂਜ਼ ਕਰਦੀ ਸੀ ਉਹਨਾਂ ਦਾ ਪ੍ਰੋਡਕਟ। ਆਈ ਮੀਨ ਟੂ ਸੇ ਜਿੰਨੇ ਵੀ ਹੁਣ ਅਸੀਂ ਪ੍ਰੋਡਕਟ ਯੂਜ਼ ਕਰਦੇ ਹਾਂ ਸਭ 'ਚ ਕੁਝ ਨਾ ਕੁਝ ਖਤਰਨਾਕ ਚੀਜ਼ਾਂ ਯੂਜ਼ ਹੁੰਦੀਆਂ, ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ। ਤੇ ਹੁਣ ਅਗਲੀ ਗੱਲ ਆ ਜਾਂਦੇ ਹਾਂ ਜੀ। ਤੇ ਜਿਹੜੇ ਮੇਕਅਪ ਕੋਸਮੈਟਿਕਸ ਪ੍ਰੋਡਕਟ ਆ, ਇਹਨਾਂ ਦੇ ਸਿਰ ਤੇ ਇੱਕ ਕੰਪਨੀ ਆ ਲੋਰੀਅਲ, ਫਰਾਂਸ ਦੀ ਬਹੁਤ ਮਸ਼ਹੂਰ ਆ, ਸਭ ਨੂੰ ਪਤਾ ਹੀ ਹੋਣਾ। ਤੇ ਉਹਦੀ ਜਿਹੜੀ ਮਾਲਕਨ ਸੀ ਲਿਲੀਅਨ ਏ ਬੈਟਨਕੋਟ, ਦੁਨੀਆ ਦੀ ਸਭ ਤੋਂ ਅਮੀਰ ਔਰਤ ਸੀ, ਪਿਛਲੇ ਹਫ਼ਤੇ ਉਹਦਾ ਦੇਹਾਂਤ ਹੋਇਆ। ਮਤਲਬ ਉਹਨੇ ਮੇਕਅਪ ਪ੍ਰੋਡਕਟਸ ਤੋਂ ਹੀ ਇੰਨਾ ਪੈਸਾ ਬਣਾ ਲਿਆ, ਦੁਨੀਆ ਦੀ ਸਭ ਤੋਂ ਅਮੀਰ ਲੇਡੀ ਬਣ ਗਈ ਫੀਮੇਲ ਲਿਲੀਅਨ ਏ ਬੈਟਨਕੋਟ। ਤੇ ਲੋਰੀਅਲ ਕੰਪਨੀ ਸਭ ਤੋਂ ਪਹਿਲੇ ਨੰਬਰਾਂ 'ਚ ਆ, ਤੇ ਨਾਂ ਸਭ ਨੇ ਸੁਣਿਆ ਹੀ ਹੋਣਾ ਤੇ ਯੂਜ਼ ਵੀ ਕੀਤਾ ਹੋਣਾ ਇਹਨਾਂ ਦਾ ਪ੍ਰੋਡਕਟ। ਤੇ ਅੱਗੇ ਗੱਲ ਕਰਦੇ ਹਾਂ ਹੁਣ ਮੈਵੇਲੇਨ ਦੀ। ਮੈਵੇਲੇਨ ਕਿੱਦਾਂ ਬਣਿਆ? ਮੈਵੇਲੇਨ ਥੋਮਸ ਵਿਲੀਅਮ ਨਾਂ ਦਾ ਇੱਕ 19 ਸਾਲ ਦਾ ਮੁੰਡਾ ਸੀ, ਉਹਦੀ ਭੈਣ ਸੀ ਮੈਵੇਲ।
ਤੇ ਉਹ ਯੂਜ਼ ਕਰਦੀ ਹੁੰਦੀ ਸੀ ਵੈਸਲੀਨ 'ਚ, ਕੋਲ ਦੀ, ਚਾਰਕੋਲ ਦੀ, ਮਤਲਬ ਕੋਲੇ ਦੀ ਜਿਹੜੀ ਹੁੰਦਾ ਨਹੀਂ, ਕੋਲੇ ਦੀ ਮਤਲਬ ਸਵਾਹ ਜੀ, ਉਹ ਵੈਸਲੀਨ ਕੋਲੇ ਦੀ ਸਵਾਹ 'ਚ ਮਿਲਾ ਕੇ ਆਪਣੇ ਯੂਜ਼ ਕਰਦੀ ਹੁੰਦੀ ਸੀ। ਉਹਨੇ ਉੱਥੋਂ ਆਈਡੀਆ ਲਿਆ ਅਤੇ ਆਪਣੇ ਪ੍ਰੋਡਕਟ ਦਾ ਨਾਂ ਰੱਖਿਆ ਮੈਵੇਲੇਨ, ਆਪਣੀ ਭੈਣ ਦੇ ਨਾਂ 'ਤੇ। ਅਤੇ ਇੱਕ ਮੈਕ ਬਹੁਤ ਮਸ਼ਹੂਰ ਆ, ਮੈਕ ਕੰਪਨੀ, ਇਹ ਟੋਰਾਂਟੋ ਦੇ ਦੋ ਮੁੰਡਿਆਂ ਨੇ ਬਣਾਈ ਸੀਗੀ। ਮੈਕ ਦਾ ਮਤਲਬ ਹੈਗਾ MAC ਦਾ, ਮੇਕਅਪ ਆਰਟ ਕੋਸਮੈਟਿਕਸ, ਮੈਕ ਦੀ ਫੁੱਲ ਫੋਰਮ ਇਹ ਆ। ਤੇ ਇੱਕ ਬਹੁਤ ਮਸ਼ਹੂਰ ਮਾਰਕਾ ਹੈਗਾ ਲੂਇਸ ਬੋਇਟਨ, ਲੂਇਸ ਬੋਇਟਨ ਵਾਲਿਆਂ ਦੀ ਇਹ ਸਿਫਤ ਆ, ਉਹਨੇ ਅੱਜ ਤੱਕ ਕਦੀ ਸੇਲ ਨਹੀਂ ਲਾਈ। ਹਰੇਕ ਸਾਲ ਮਤਲਬ ਜਿੰਨਾ ਉਹਨਾਂ ਦਾ ਸਮਾਨ ਵਿਕ ਗਿਆ ਵਿਕ ਗਿਆ, ਨਹੀਂ ਤਾਂ ਉਹ ਆਪਣੇ ਪਰਸਾਂ ਨੂੰ ਅੱਗ ਲਾ ਦਿੰਦੇ ਆ, ਸੇਲ ਨਹੀਂ ਕਰਦੇ। ਤੇ ਰੇਵਨ ਬਾਰੇ ਵੀ ਸਾਰਿਆਂ ਨੂੰ ਪਤਾ ਹੀ ਹੋਣਾ ਆ, ਤੇ ਰੇਵਨ ਕੰਪਨੀ ਨੂੰ, ਰੇਵਨ ਕੰਪਨੀ ਦੀ ਮਾਲਕ ਹੈਗੀ ਆ ਲਕਸਕੋਟਿਕਾ ਕੰਪਨੀ, ਤੇ ਉਹਨਾਂ ਦੇ ਓਰੇਕਲ ਕੰਪਨੀ ਵੀ ਉਹਨਾਂ ਦੇ ਅੰਡਰ ਹੀ ਆ, ਤੇ ਅਪਰਾਡਾ, ਅਰਮਾਨੀ, ਮਤਲਬ ਇਹਨਾਂ ਦੇ ਫਰੇਮ ਵੀ ਉਹੀ ਬਣਾਉਂਦੀ ਆ। ਤੇ ਆਈ ਹੋਪ ਤੁਹਾਨੂੰ ਇਹ ਗੱਲਾਂ ਪਸੰਦ ਆਈਆਂ ਹੋਗੀਆਂ, ਤੇ ਪਲੀਜ਼ ਵੀਡੀਓ ਸ਼ੇਅਰ ਕਰ ਦਿਓ, ਮੈਂ ਹੋਰ ਵਧੀਆ ਤੋਂ ਵਧੀਆ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋਊਂਗਾ। ਜਿਹਨੇ ਮੇਰਾ ਪੇਜ ਨਹੀਂ ਲਾਈਕ ਕੀਤਾ, ਇੱਕ ਵਾਰ ਮੇਰੀਆਂ ਪੋਸਟਾਂ ਦੇਖ ਲਓ, ਜਿੱਦਾਂ ਬਈ ਕਨੇਡਾ ਬਾਰੇ ਆ, ਕਨੇਡਾ ਦੇ ਸਾਰੇ ਏਅਰਪੋਰਟ ਦੇ ਨਾਂ ਵਾਈ ਤੋਂ ਕਿਉਂ ਸ਼ੁਰੂ ਹੁੰਦੇ ਆ, ਅਮਰੀਕਾ ਬਾਰੇ ਆ, ਅਮਰੀਕਾ ਨੇ 2 ਵਾਰ ਕਿਉਂ ਅਟੈਕ ਕੀਤਾ ਸੀ ਕਨੇਡਾ 'ਤੇ, ਨਿਊਜ਼ੀਲੈਂਡ ਬਾਰੇ ਆ, ਨਿਊਜ਼ੀਲੈਂਡ 'ਚ ਇੱਕ ਏਅਰਪੋਰਟ ਆ ਜਿੱਥੇ ਬਈ ਰਨਵੇ ਤੋਂ ਰੇਲ ਟ੍ਰੇਨ ਲੰਘਦੀ ਆ, ਅਤੇ ਆਸਟ੍ਰੇਲੀਆ ਬਾਰੇ ਆ, ਆਸਟ੍ਰੇਲੀਆ ਵਾਲੇ ਪਤੰਦਰਾਂ ਨੇ ਕੁਕਿੰਗ ਆਇਲ ਨਾਲ ਹੀ ਜਹਾਜ਼ ਚੜਾ ਦਿੱਤਾ ਸੀਗਾ। ਮਤਲਬ ਇਹ ਫੈਕਟ ਮੇਰੇ ਪੇਜ ਤੇ ਤੁਸੀਂ ਦੇਖ ਸਕਦੇ, ਹੋਰ ਵੀ ਬਹੁਤ ਕੁਛ। ਤੇ ਸਾਰਿਆਂ ਦਾ ਥੈਂਕ ਯੂ, ਤੁਸੀਂ ਦੇਖਦੇ ਆ ਮੇਰੀਆਂ ਵੀਡੀਓਜ਼, ਤੇ ਪਲੀਜ਼ ਸ਼ੇਅਰ ਕਰ ਦਿਓ, ਹੱਸਦੇ ਰਹੋ, ਬੱਸਦੇ ਰਹੋ। ਅਦੀਓਸ, ਅਦੀਓਸ ਮੀਨਸ ਬਾਏ।